हेलो डियर फ्रेंड्स आवर टुडे टॉपिक इज मॉर्फोलॉजिकल अडैप्टेशन व्हाट इज मॉर्फोलॉजिकल अडैप्टेशन अडैप्टेशन इज अ स्ट्रक्चरल चेंज व्हिच गिव्स एन ऑर्गेनिज्म अ ग्रेटर चांस टू सरवाइव इन इट्स हैबिटेट जो अपने को अडैप्टेशन की हुंदी है ओदे विच ये स्ट्रक्चरल चेंज आण लग जांदा गा ऑर्गेनिज्म ते विच ऑर्गेनिज्म दी बॉडी दे विच स्ट्रक्चरल चेंज आंदा है ਤਾਂ ਕਿ ਉਹ ਬੈਟਰ ਸਰਵਾਈਵ ਕਰ ਸਕੇ ਤਾਂ ਉਸ ਨੂੰ ਆਪਾਂ ਅਡੈਪਟੇਸ਼ਨ ਕਹਿੰਦੇ ਆ ਤਾਂ ਅਡੈਪਟੇਸ਼ਨ ਇਹਦੇ ਵਿੱਚ ਫੋਰ ਐਗਜ਼ਾਮਪਲ ਹੈ ਆਪਣੇ ਕੋਲ ਅਕੁਆਟਿਕ ਅਡੈਪਟੇਸ਼ਨ ਕੈਟ ਫਿਸ਼ ਦੇ ਵਿੱਚ ਹੈ ਮਿਸਟਸ ਵਿੱਚ ਹੈ ਇਹਦੇ ਵਿੱਚ ਕੀ ਹੈ ਉਹ ਉਹਦੇ ਵਿੱਚ ਉਹਨੇ ਕੀ ਅਡੈਪਟੇਸ਼ਨ ਕੀਤੀਆਂ ਜਿਹੜੀਆਂ ਉਹਦੀ ਬੋਡੀ ਦੇ ਵਿੱਚ ਕੀ ਅਡੈਪਟੇਸ਼ਨ ਆਈਆਂ ਕਿ ਉਹ ਬੈਟਰ ਸਰਵਾਈਵ ਕਰ ਸਕੇ ਉਹਦੀ ਜਿਹੜੀ ਬੋਡੀ ਸੀਗੀ ਉਹ ਸਟ੍ਰੀਮਲਾਈਨਡ ਹੋਗੀ ਸੀ ਜੋ ਉਸ ਦੀ ਬਾਡੀ ਸੀ ਉਹ ਸਟ੍ਰੀਮਲਾਈਨਡ ਹੋ ਗਈ ਸੀ ਸਟ੍ਰੀਮਲਾਈਨਡ ਦਾ ਮੀਨ ਹੁੰਦਾ ਹਲਕੀ ਹੋ ਗਈ ਸੀ ਡਿਊ ਟੂ ਥਿਸ ਦੇ ਕੈਨ সুইਮ ਈਜ਼ਲੀ ਉਹ ਸਵੀਮ ਕਰ ਸਕਦੀ ਸੀਗੀ ਔਰ ਉਹ ਸਵੀਮ ਕਰਦੀ ਸੀਗੀ ਠੀਕ ਹੈ ਸਟ੍ਰੀਮਲਾਈਨਡ ਹੈਂਸ ਦੇ সুইਮ ਈਜ਼ਲੀ ਉਹ ਸਵੀਮ ਕਰਦੀ ਸੀ ਈਜ਼ਲੀ ਦੇ ਗਿਵ ਦੇ ਹੈਵ ਗਿਲਸ ਐਸ ਰੈਸਪੀਰੇਟਰੀ ਆਰਗਨਸ ਜਿਹੜੇ ਉਹਦੇ ਗਿਲਸ ਸੀਗੇ ਉਹ ਰੈਸਪੀਰੇਟਰੀ ਆਰਗਨਸ ਸੀਗੇ and uh, they have uh, fins as a locomotory organ ode locomotory organs sige jede oh ki sige fins fins ban ge fins kede kede ne apne kol ode kol like dorsal fin caudal fin two types de fins ne dorsal fin and caudal fin mr mr devit ਦੀ ਲਿਮਸ ਆਰ ਫਾਰਮਡ ਇਨਟੂ ਪੈਡਲਸ ਫਾਰ ਸਵੀਮਿੰਗ ਜੋ ਲਿਮਸ ਸੀ ਉਹ ਪੈਡਲਸ ਦੇ ਵਿੱਚ ਕਨਵਰਟ ਹੋ ਗਏ ਫਾਰ ਵਾਟਰ ਸਵੀਮਿੰਗ ਦੀ ਬੋਨਸ ਟੈਂਡ ਟੂ ਬੀ ਸਪੰਜੀ ਐਂਡ ਲਾਈਟ ਜਿਹੜੀਆਂ ਬੋਨਸ ਸੀਗੀਆਂ ਉਹ ਵੀ ਹਲਕੀਆਂ ਹੋ ਗਈਆਂ ਸਪੰਜੀ ਹੋ ਗਈਆਂ ਤਾਂ ਕਿ ਉਹ ਸਵੀਮ ਕਰ ਸਕੇ ਉਹ ਸਰਵਾਈਵ ਕਰ ਸਕੇ ਵਾਟਰ ਦੇ ਵਿੱਚ ਦੀ ਆਈਜ਼ ਹੈਵ ਬਿਕਮ ਅਡਾਪਟਡ ਟੂ ਸੀ ਅੰਡਰ ਵਾਟਰ ਜੋ ਉਸ ਦੀਆਂ ਆਈਜ਼ ਸੀ ਉਹ ਵੀ ਅਡਾਪਟ ਹੋ ਗਈਆਂ ਟੂ ਸੀ ਅੰਡਰ ਵਾਟਰ ਵੀ ਉਹ ਕੀ ਆ ਅੰਡਰ ਵਾਟਰ ਆਗਾ ਜਿਹੜਾ ਦੇਖ ਸਕੇ ਅੰਡਰ ਵਾਟਰ ਦੀ ਨੈਰਿਸ ਹੈਵ ਸ਼ਿਫਟਡ ਟੂ ਇਟਸ origignal ਪੋਜੀਸ਼ਨ ਟੂ ਇਟਸ ਟਿਪ ਆਫ ਦੀ ਹੈਡ ਜੋ ਨੈਰਿਸ ਸੀ ਉਹ ਟਿਪ ਆਫ ਦੀ ਹੈੱਡ ਤੇ ਜਾ ਵੜਿਆ ਆਪਦੀ origignal ਜਿਹੜੀ ਪੋਜੀਸ਼ਨ ਸੀ ਛੱਡ ਕੇ ਥਿਸ ਇਜ਼ ਦੀ ਡਾਇਗ੍ਰਾਮ ਆਫ ਮਿਸਟਸ ਵਿਚ ਸ਼ੋਜ਼ ਦੀ ਐਂਟੀਰੀਅਰ ਡੋਰਸਲ ਫਿਨ ਜੋ ਕਿ ਅਡਾਪਟ ਹੋਇਆ ਕਾਉਡਲ ਫਿਨ ਔਰ ਵੈਂਟਰਲ ਫਿਨ ਪੈਲਵਿਕ ਫਿਨ ਐਂਡ ਪੈਕਟੋਰਲ ਫਿਨ ਨੈਰਿਸ ਹੈ ਜੋ ਉਹ ਇਸ ਦੇ ਹੈੱਡ ਤੇ ਜਾ ਵੜਿਆ ਪੋਜੀਸ਼ਨ ਸੀ ਜੋ ਇਸ ਦੀ ਉਹ ਚੇਂਜ ਕਰ ਲਈ ਇਸ ਨੇ ਇਸ ਦੇ ਹੈੱਡ ਤੇ ਜਾਵੜਿਆ ਐਂਡ ਥਿਸ ਇਜ਼ ਦੀ ਅਡੈਪਟੇਸ਼ਨ ਮੋਰਫੋਲੋਜੀਕਲ ਅਡੈਪਟੇਸ਼ਨ